ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤਾਂ ਜਿਵੇਂ ਕਿ ਸਭ ਨੂੰ ਪਤਾ ਹੀ ਹੈ ਵੀ ਹਰ 30 ਤੋਂ 40 ਦਿਨਾਂ ਦੇ ਬਾਅਦ ਆਪਾਂ ਬੱਚੋ ਸਟਾਰਟ ਕਰਦੇ ਹੁੰਦੇ ਹਾਂ ਕੰਪਲੀਟ ਫੁੱਲ ਫਲੈਜ ਸਿਲੇਬਸ ਬੈਚ, ਜੋ ਕਿ 2024 ਦਾ ਪਹਿਲਾ ਬੈਚ ਫਿਰ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਬਹੁਤ ਹੀ ਸਹੀ ਮੌਕੇ ਤੇ, 31 ਜਨਵਰੀ ਦਿਨ ਬੁੱਧਵਾਰ। ਕਿਉਂਕਿ ਸਭ ਨੂੰ ਪਤਾ ਹੈ ਵੀ ਪੰਜਾਬ ਦੀਆਂ ਦੋ ਮੋਸਟ ਅਵੇਟਡ ਵੈਕੈਂਸੀਜ਼ ਪੰਜਾਬ ਪੁਲਿਸ ਅਤੇ ਪਟਵਾਰੀ ਆਪਣੇ ਸਾਹਮਣੇ ਹੈ। ਸੋ ਮੈਂ ਕਹਿੰਦਾ ਇਸ ਤੋਂ ਵੱਡੀ ਮੌਕੇ ਤੋਂ ਚੌਕੇ ਵਾਲੀ ਗੱਲ ਹੋ ਹੀ ਨਹੀਂ ਸਕਦੀ। ਸੋ ਜੇਕਰ ਤੁਸੀਂ ਵਾਕਈ ਰਿਜ਼ਲਟ ਜੇਕਰ ਪ੍ਰਾਪਤ ਕਰਨਾ ਆਪਦੇ ਕਰੀਅਰ ਨੂੰ ਲੈ ਕੇ, ਤੁਸੀਂ ਸੀਰੀਅਸ ਹੋ, ਤਾਂ ਤੁਸੀਂ ਆਉਣ ਵਾਲੇ 3 ਤੋਂ 4 ਮਹੀਨੇ ਬੱਚੋ ਸਾਨੂੰ ਦੇਣੇ ਹੈ ਅਤੇ ਰਿਜ਼ਲਟ ਆਪਾਂ ਨੂੰ ਮਿਲੇਗਾ ਸ਼ੋਰ ਸ਼ੋਟ। ਕਿਉਂਕਿ ਇਹ ਜੋ ਬੈਚ ਆਪਣਾ ਬੱਚੋ ਸ਼ੁਰੂ ਹੋਣ ਜਾ ਰਿਹਾ ਹੈ, ਇਹਦੇ ਵਿੱਚ ਤੁਹਾਨੂੰ ਹਰ ਇੱਕ ਸਬਜੈਕਟ ਇੱਕ ਐਕਸਪਰਟ ਟੀਚਰ ਵੱਲੋਂ ਹੀ ਪੜ੍ਹਾਇਆ ਜਾਏਗਾ। ਹਰ ਇੱਕ ਸਬਜੈਕਟ, ਚਾਹੇ ਉਹ ਮੈਥ ਹੈ, ਰੀਜਨਿੰਗ ਹੈ, GK ਹੈ, ਇੰਗਲਿਸ਼ ਹੈ, ਪੰਜਾਬੀ ਹੈ, ਕੰਪਿਊਟਰ ਹੈ, ਸੋ ਥੋਰੋਲੀ ਸਾਰੇ ਕੰਸੈਪਟ, ਥੋਰੋਲੀ ਸਾਰਾ ਫੁੱਲ ਫਲੈਜ ਸਿਲੇਬਸ ਬਹੁਤ ਹੀ ਵਧੀਆ ਤਰੀਕੇ ਨਾਲ ਆਪਾਂ ਕਵਰ ਕਰਾਂਗੇ। ਸੋ ਇਹਦੇ ਰਿਗਾਰਡਿੰਗ ਜੇਕਰ ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਤਾਂ ਤੁਸੀਂ ਇਹਨਾਂ ਦਿੱਤੇ ਹੋਏ ਕੰਟੈਕਟ 'ਤੇ ਬੱਚੋ ਕਾਲ ਕਰ ਸਕਦੇ ਹੋ। ਉੱਪਰਲਾ ਕੰਟੈਕਟ ਵੀ ਆਪਣੀ ਅਕੈਡਮੀ ਦਾ ਹੀ ਹੈ, ਸੋ ਇਹ ਨੀਚੇ ਵਾਲਾ ਅਕੈਡਮੀ ਦਾ ਵੀ ਆਪਣਾ ਕੰਟੈਕਟ ਨੋਟ ਕਰ ਸਕਦੇ ਹੋ। ਸੋ ਜੇਕਰ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਆਫਲਾਈਨ ਦੇ ਰਿਗਾਰਡਿੰਗ, ਆਨਲਾਈਨ ਦੇ ਰਿਗਾਰਡਿੰਗ, ਬਾਰ ਬਾਰ ਕਹਿ ਰਿਹਾ ਇਹ ਬੈਚ ਆਪਣਾ ਤੁਸੀਂ ਘਰ ਬੈਠ ਕੇ ਆਨਲਾਈਨ ਵੀ ਦੇਖ ਸਕਦੇ ਹੋ। ਆਪਣੀ ਉਹਦੇ ਲਈ ਤੁਸੀਂ ਉਹ ਮੋਸਟ ਪ੍ਰੋਬੇਬਲੀ ਐਪ ਡਾਊਨਲੋਡ ਕੀਤੀ ਹੋਊਗੀ, ਕਿਉਂਕਿ ਪੰਜਾਬ ਦੇ ਹਰ ਕੋਨੇ ਦੇ ਵਿੱਚ ਆਪਣੀ ਐਪ ਜਾਣੀ ਜਾਂਦੀ ਹੈ ਕੁਆਲਿਟੀ ਕੰਟੈਂਟ ਅਤੇ ਐਜੂਕੇਸ਼ਨ ਦੇ ਲਈ। ਸੋ ਆਪਣੀ ਐਪ ਡਾਊਨਲੋਡ ਰੱਖਿਓ ਜੇਕਰ ਤੁਸੀਂ ਆਨਲਾਈਨ ਜੁਆਇਨ ਕਰਨਾ ਚਾਹੁੰਦੇ ਹੋ। ਸੋ ਬਠਿੰਡਾ ਦੇ ਵਿੱਚ ਫਿਰ ਆਪਣਾ ਬੱਚੋ ਇਹ ਫੁੱਲ ਫਲੈਜ ਬੈਚ ਸਟਾਰਟ ਹੋਣ ਜਾ ਰਿਹਾ ਹੈ 31 ਜਨਵਰੀ ਦਿਨ ਬੁੱਧਵਾਰ। ਮੈਂ ਬਾਰ ਬਾਰ ਕਹਿ ਰਿਹਾ ਬਹੁਤ ਹੀ ਸਹੀ ਮੌਕੇ 'ਤੇ, ਬਹੁਤ 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 ਸਹੀ ਮੌਕੇ 'ਤੇ ਹੈ। ਸੋ ਇਹ ਇਨਫੋਰਮੇਸ਼ਨ, ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਕਰਿਓ ਸ਼ੇਅਰ। ਮਿਲਦੇ ਹਾਂ ਫਿਰ ਆਪਾਂ ਬੈਚ ਡੇਟ 31 ਜਨਵਰੀ। ਸਤਿ ਸ਼੍ਰੀ ਅਕਾਲ ਸਰ।